ਸੱਸਾ ਸੁਖਵੀਰ, ਸੱਸਾ ਸੁਖਵਾਲ ਇਕੱਠੇ ਨੇ। ਆਹ ਰੈਲੀ 'ਚ ਵੀ ਥੋੜ੍ਹਾ ਮੋਟਾ ਹਿੱਸਾ ਸੁਖਵੀਰ ਸਿੰਘ ਬਾਦਲ ਦਾ ਜ਼ਰੂਰ ਰਹੇਗਾ। ਖਹਿਰਾ ਸਾਹਿਬ ਦਾ ਬਾਈਕਾਟ ਕਰਨਾ ਚਾਹੀਦਾ ਸਾਰੇ ਅਸੀਂ। ਖਹਿਰਾ ਸਾਹਿਬ ਦਾ ਬਾਈਕਾਟ ਕਰਨਾ ਚਾਹੀਦਾ ਸਾਰੇ ਅਸੀਂ। ਸੁਖਪਾਲ ਖਹਿਰਾ ਤੋਂ ਬਾਅਦ ਆਪ ਪਾਰਟੀ 'ਚ ਪਈ ਦਰਾਰ ਨੇ ਪੰਜਾਬ ਦੀ ਸਿਆਸਤ ਨੂੰ ਗਰਮਾ ਦਿੱਤਾ, ਜਿਸ ਦੇ ਚੱਲਦੇ ਖਹਿਰਾ ਦੇ ਵਿਰੋਧੀਆਂ ਵੱਲੋਂ ਸ਼ਬਦੀ ਵਾਰ ਹੋਣੇ ਸ਼ੁਰੂ ਹੋ ਗਏ ਹਨ, ਜਿਸ ਦੇ ਚੱਲਦੇ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸੁਖਪਾਲ ਸਿੰਘ ਖਹਿਰਾ 'ਤੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਖਹਿਰਾ ਨੇ ਪੰਜਾਬੀਆਂ ਦਾ ਸ਼ੋਸ਼ਣ ਕੀਤਾ, ਅਤੇ ਉਹਨਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਸੁਖਪਾਲ ਖਹਿਰਾ ਵੱਲੋਂ ਬਠਿੰਡਾ ਵਿੱਚ ਕੀਤੀ ਗਈ ਰੈਲੀ ਵਿੱਚ ਅਕਾਲੀ ਦਲ ਦਾ ਹੱਥ ਹੈ। ਇਸ ਦੇ ਇਲਾਵਾ ਧਰਮਸੋਤ ਨੇ ਕਿਹਾ ਕਿ ਸੁਖਪਾਲ ਖਹਿਰਾ ਦੀ ਸੋਚ ਦਲਿਤ ਵਿਰੋਧੀ ਹੈ ਅਤੇ ਪੂਰੇ SC ਭਾਈਚਾਰੇ ਨੂੰ ਇੱਕਜੁੱਟ ਹੋ ਕੇ ਸੁਖਪਾਲ ਖਹਿਰਾ ਦਾ ਬਾਈਕਾਟ ਕਰਨਾ ਚਾਹੀਦਾ। ਸੱਸਾ ਸੁਖਵੀਰ, ਸੱਸਾ ਸੁਖਵਾਲ ਇਕੱਠੇ ਨੇ। ਆਹ ਰੈਲੀ 'ਚ ਵੀ ਥੋੜ੍ਹਾ ਮੋਟਾ ਹਿੱਸਾ ਸੁਖਵੀਰ ਸਿੰਘ ਬਾਦਲ ਦਾ ਜ਼ਰੂਰ ਰਹੇਗਾ। ਖਹਿਰਾ ਸਾਹਿਬ ਕਾਹਲੀ 'ਚ ਪਤਾ ਨਹੀਂ ਬੁਖਲਾਏ ਹੋਏ ਨੇ, ਅਹੁਦੇ ਦੀ ਕੁਰਸੀ ਦਾ ਦਰੇਗ ਇੰਨਾ ਹੋ ਗਿਆ, ਕੁਛ ਨਾ ਕੁਛ ਬੋਲੀ ਜਾਂਦੇ ਨੇ। ਇਹ ਚਾਹੀਦਾ ਨਹੀਂ। ਕਦੇ SC ਦੇ ਖਿਲਾਫ ਜੋ ਕਿਹਾ, ਅਗਰ SC ਆਪਣੇ ਧਰਮ ਦੇ ਔਰ ਆਪਣੇ ਆਪ ਨੂੰ ਪਹਿਚਾਣਦੇ ਹੋਏ, ਤਾਂ ਖਹਿਰਾ ਸਾਹਿਬ ਦਾ ਬਾਈਕਾਟ ਕਰਨਾ ਚਾਹੀਦਾ ਸਾਰੇ ਅਸੀਂ। ਪੰਜਾਬ ਦੇ ਵਿੱਚ ਸ਼ੋਸ਼ਣ ਵੀ ਹੋ ਰਿਹਾ ਸੀ, ਅਸੀਂ ਕਹਿ ਰਹੇ ਸੀ, ਔਰ ਟਿਕਟਾਂ ਵੀ ਪੈਸੇ ਲੈ ਕੇ ਦਿੱਤੀਆਂ ਜਾ ਰਹੀਆਂ ਸੀ, ਅਸੀਂ ਕਹਿ ਰਹੇ ਸੀ, ਅਤੇ ਹੁਣ ਕਿਉਂ ਕਹਿ ਰਹੇ ਹੋ ਤੁਸੀਂ? ਹੁਣ ਜਦ ਚਿੜੀਆ ਚੋਗੀ ਖੇਤ, ਫਿਰ ਪਛਤਾਇਆ ਕਿ ਆਪਣੇ ਉਦੋਂ ਤੈਨੂੰ ਐ ਸੀ ਪਤਾ ਨਹੀਂ, ਮੈਨੂੰ ਚੀਫ ਮਿਨਿਸਟਰ ਬਣਾ ਦੇਣ, ਜੋ ਮਰਜ਼ੀ ਹੋ ਜਾਵੇ, ਪੰਜਾਬ ਦਾ ਸ਼ੋਸ਼ਣ ਹੋ ਜਾਵੇ, ਪੰਜਾਬ ਨੂੰ ਲੁੱਟ ਕੇ ਲੈ ਜਾਣ, ਅਤੇ ਅੱਜ ਤੁਸੀਂ ਕਿਉਂ ਕਹਿ ਰਹੇ ਹੋ? ਤੁਸੀਂ ਗੁਨਾਹਗਾਰ ਹੋ ਬਰਾਬਰ ਦੀ। ਤੁਹਾਨੂੰ ਦੱਸ ਦਈਏ ਕਿ ਆਪ ਵਿੱਚ ਆਈ ਇਸ ਦਰਾਰ ਨਾਲ ਪੰਜਾਬ ਵਿੱਚ ਪਾਰਟੀ ਦੇ ਦੋ ਧੜੇ ਬਣ ਗਏ ਹਨ, ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੀਆਂ ਚੋਣਾਂ 'ਤੇ ਇਸ ਦਾ ਕੀ ਅਸਰ ਪਵੇਗਾ। ਬਿਊਰੋ ਰਿਪੋਰਟ, ਸਪੋਕਸਮੈਨ TV।